ਛੱਪੜ ਬਣਾਇਆ ਸੀ, ਇਹ ਨਹੀਂ ਪਤਾ ਕੀ ਬਣਾਇਆ, ਕੋਈ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਇਹ ਚੀਜ਼ ਬਣਾਈ ਹੈ। ਜਿਹੜਾ ਕਿ ਸਾਨੂੰ ਬਦਬੂ ਆਉਣੀ, ਸਾਨੂੰ ਦੱਸ ਨਹੀਂ ਦੇ ਵੀ ਕੀ ਬਣਾਇਆ। ਜਿਹੜੇ ਲੈਟਰੀਨਾਂ ਦਾ ਪਾਣੀ ਆਉਂਦਾ, ਅੱਛਾ ਗੰਦੇ ਪਾਣੀ ਦਾ ਤਲਾਬ ਬਣਾਤਾ, ਗੰਦੇ ਪਾਣੀ ਦਾ ਸਾਨੂੰ ਨਰਕ ਬਣਾਤਾ ਜੀ। ਅਸੀਂ ਤਾਂ ਇੱਥੋਂ ਨਾ ਘਰੇ ਜਾਣ ਯੋਗ ਰਹੇ, ਨਾ ਬਾਹਰ ਜਾਣ ਯੋਗ ਰਹੇ, ਸਾਨੂੰ ਹਰ ਵਕਤ ਹੀ ਮੁਸ਼ਕ ਆਈ ਜਾਂਦਾ, ਹਰ ਵਕਤ ਹੀ ਮੁਸ਼ਕ ਆਈ ਜਾਂਦਾ ਗੰਦਾ ਪਾਣੀ। ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਬਣਾਇਆ ਕੀ ਹੈ। ਉਦੋਂ ਦੱਸਦੇ ਸੀ ਅਸੀਂ ਤੁਹਾਡੇ ਆਏ ਫੁੱਲ ਲਾਵਾਂਗੇ, ਆਏ ਤੁਹਾਡੇ ਪਰੜੀ ਬਣਾ ਕੇ ਇੱਥੇ ਸੈਰ ਕਰਿਆ ਕਰੋਗੇ ਤੁਸੀਂ, ਕਿਆ ਕਰੀ ਜਾਂਦੇ ਜੀ ਸੈਰ, ਬਿਮਾਰ ਹੋਈ ਜਾਂਦੇ ਬੜੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ। ਪੰਜਾਬ ਸਰਕਾਰ ਭਾਵੇਂ ਸਿਹਤ ਸਹੂਲਤਾਂ ਦਾ ਵੱਡਾ ਦਾਅਵਾ ਕਰਦੀ ਹੈ ਕਿ ਅਸੀਂ ਸਿਹਤ ਸਹੂਲਤਾਂ ਨੂੰ ਪੰਜਾਬ ਦੇ ਵਿੱਚ ਵਧੀਆ ਕਰ ਦਿੱਤਾ, ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਆ, ਪਰ ਸਿਹਤ ਸਹੂਲਤਾਂ ਦੇ ਨਾਂ 'ਤੇ ਹਾਲੇ ਤੱਕ ਲੋਕਾਂ ਨੂੰ ਲਾਰੇ ਮਿਲਦੇ ਆ। ਦੂਸਰੇ ਪਾਸੇ ਅੱਜ ਪਿੰਡ ਨਿਆਮੀਵਾਲਾ ਦੇ ਵਿੱਚ ਖੜ੍ਹੇ ਹਾਂ, ਉੱਥੇ ਇੱਕ ਛੱਪੜ ਹੈ, ਛੱਪੜ ਦੇ ਵਿੱਚ ਐਸੀ ਬਦਬੂ ਆ ਰਹੀ ਹੈ, ਐਸੇ ਹੀ ਉਹਦੇ ਮਾੜੇ ਹਾਲਾਤ ਹੈ ਕਿ ਪਿੰਡ ਵਾਲਿਆਂ ਨੂੰ ਲੱਗਦਾ ਕਿ ਸਾਨੂੰ ਇਸ ਛੱਪੜ ਤੋਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ। ਅੱਜ ਪਿੰਡ ਵਾਲੇ ਲੋਕ ਇਕੱਠੇ ਹੋਏ ਆ ਇਸ ਮਸਲੇ 'ਤੇ, ਜਾਣਦੇ ਆ ਵੀ ਪੂਰਾ ਮਾਮਲਾ ਕੀ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਮਾਮਲਾ ਬਾਈ, ਪੂਰੀ ਕਹਾਣੀ ਕੀ ਹੈ? ਮਾਮਲਾ ਕੀ ਹੈ ਜੀ, ਛੱਪੜ ਬਣਾਇਆ ਸੀ, ਇਹ ਨਹੀਂ ਪਤਾ ਕੀ ਬਣਾਇਆ, ਕੋਈ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਇਹ ਚੀਜ਼ ਬਣਾਈ ਹੈ, ਕਿ ਕਿਵੇਂ ਪੈਸੇ ਲਾਏ ਆ, ਅਤੇ ਬਸ ਸਾਨੂੰ ਖੜ੍ਹਾ ਕਰਤਾ, ਸਿਰਫ ਗੰਦ। ਸਾਡੇ ਬੱਚੇ ਬਿਮਾਰ ਹੁੰਦੇ ਆ, ਹੁਣ ਬਿਮਾਰ ਪਏ, 5-6 ਦਿਨ ਹੋ ਗਏ, 10-15 ਬੱਚੇ ਸਾਡੇ ਆਂਢ ਗੁਆਂਢ ਬਿਮਾਰ ਪਏ ਆ, ਜਿਹੜਾ ਕਿ ਸਾਨੂੰ ਬਦਬੂ ਆਉਂਦੀ ਇਹਦੀ, ਸਾਨੂੰ ਦੱਸ ਨਹੀਂ ਰਹੇ ਵੀ ਕੀ ਬਣਾਇਆ ਇਹ। ਨਹੀਂ ਇਹ ਛੱਪੜ ਨਹੀਂ, ਇਹ ਦੇਖਦਾ ਤਾਂ ਛੱਪੜ ਹੀ ਆ। ਛੱਪੜ ਸੀ ਪੁਰਾਣਾ ਛੱਪੜ, ਹੁਣ ਕਹਿੰਦੇ ਬਾਉਂਡਰੀ ਬਣਾ ਦੀ, ਕੀ ਬਣਾ ਦਾ, ਤਲਾਬ ਬਣਾ ਦਾ, ਸਾਨੂੰ ਇਹਦਾ ਸਮਝ ਨਹੀਂ ਆਉਂਦੀ, ਦੱਸਣ ਵੀ ਕੀ ਬਣਾਇਆ। ਅਤੇ ਤਲਾਅ 'ਚ ਪਾਣੀ ਕਿਹੜਾ ਆਉਂਦਾ? ਗੰਦਾ। ਅੱਛਾ, ਜਿਹੜੇ ਲੈਟਰੀਨਾਂ ਦਾ ਪਾਣੀ ਆਉਂਦਾ। ਅੱਛਾ, ਗੰਦੇ ਪਾਣੀ ਦਾ ਤਲਾਬ ਬਣਾਤਾ, ਗੰਦੇ ਪਾਣੀ ਦਾ। ਅਤੇ ਇਹਦੇ ਨਾਲ ਤਾਂ ਫਿਰ ਬਿਮਾਰੀਆਂ ਦਾ ਖਦਸ਼ਾ ਬਾਬਾ ਫਿਰ ਪੂਰਾ। ਹਾਂਜੀ, ਇਹ ਤਾਂ ਸਾਨੂੰ ਨਰਕ ਬਣਾਤਾ ਜੀ। ਅਸੀਂ ਤਾਂ ਇੱਥੋਂ ਨਾ ਘਰੇ ਜਾਣ ਯੋਗ ਰਹੇ, ਨਾ ਬਾਹਰ ਜਾਣ ਯੋਗ ਰਹੇ, ਬਹੁਤ ਅਸੀਂ ਤਾਂ ਦੁਖੀ ਹੈ। ਸਾਨੂੰ ਹਰ ਵਕਤ ਹੀ ਮੁਸ਼ਕ ਆਈ ਜਾਂਦਾ, ਹਰ ਵਕਤ ਹੀ ਮੁਸ਼ਕ ਆਈ ਜਾਂਦਾ ਗੰਦਾ ਪਾਣੀ। ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਬਣਾਇਆ ਕੀ ਹੈ, ਸਾਨੂੰ ਐਂ ਦੱਸਣ ਵੀ ਇਹ ਬਣਾਇਆ ਕੀ ਹੈ, ਸਾਨੂੰ ਐਂ ਵੀ ਪਤਾ ਲੱਗੇ ਵੀ ਕੀ ਬਣਾਇਆ ਇਹ। ਜਦੋਂ ਬਣਾਉਂਦੇ ਸੀ ਉਦੋਂ ਨਹੀਂ ਪੁੱਛਿਆ ਤੁਸੀਂ? ਨਹੀਂ, ਉਦੋਂ ਦੱਸਿਆ ਹੀ ਨਹੀਂ ਸਾਨੂੰ, ਸਾਨੂੰ ਦੱਸਿਆ ਹੀ ਨਹੀਂ ਬਾਈ, ਸਾਨੂੰ ਦੱਸਿਆ ਹੀ ਨਹੀਂ ਕੀ ਬਣਾਉਂਦੇ ਹਾਂ, ਬਸ ਸਾਨੂੰ ਤਾਂ ਪੁੱਛਿਆ ਹੀ ਨਹੀਂ ਬਾਈ ਇਹਨਾਂ ਨੇ ਬਣਾਇਆ ਕੀ ਹੈ। ਹਾਂਜੀ, ਉਦੋਂ ਕੀ ਕਿਹਾ ਸੀ ਵੀ ਕੀ ਬਣਾ ਰਹੇ ਹਾਂ? ਛੱਪੜ ਨੂੰ ਤੁਸੀਂ ਕਿਹਾ ਨਹੀਂ ਵੀ ਛੱਪੜ ਨੂੰ ਛੱਪੜ ਰਹਿਣ ਦਿਓ? ਉਦੋਂ ਤਾਂ ਆਖਦੇ ਸੀ ਅਸੀਂ ਤੁਹਾਡੇ ਆਏ ਫੁੱਲ ਲਾਵਾਂਗੇ, ਆਏ ਤੁਹਾਡੇ ਪਰੜੀ ਬਣਾ ਕੇ ਇੱਥੇ ਸੈਰ ਕਰਿਆ ਕਰੋਗੇ ਤੁਸੀਂ, ਕਿਆ ਕਰੀ ਜਾਂਦੇ ਜੀ ਸੈਰ, ਬਿਮਾਰ ਹੋਈ ਜਾਂਦੇ ਬੈਠੇ। ਹਾਂ ਬਸ ਠੀਕ ਆ। ਇੱਧਰ ਦੂਸਰੇ ਪਾਸੇ ਹੋਰ ਵੀ, ਕੀ ਪੂਰੀ ਕਹਾਣੀ ਕੀ ਹੈ ਜੀ, ਜੇ ਛੱਪੜ ਦਾ ਰੌਲਾ ਹੈ ਜਾਂ ਕੀ ਕਹਾਣੀ ਹੈ? ਛੱਪੜ ਮੈਨੂੰ ਦਿਖ ਰਿਹਾ ਪਰ ਉਹ ਪੱਕਾ ਇਹ ਕੀਤਾ ਕਿ ਨਹੀਂ ਕੀਤਾ? ਨਹੀਂ ਜੇ ਪੱਕੇ ਦਾ, ਜੇ ਪੱਕਾ ਹੋ ਗਿਆ ਤਾਂ ਇਦੋਂ ਵੀ ਨਰਕ ਬਣ ਜਾਣਾ ਇਹਦਾ। ਇਹਦਾ ਹੁਣ ਤਾਂ ਪਾਣੀ ਜਿਹੜਾ ਹੈਗਾ ਸੁੱਕੀ ਜਾਂਦਾ ਥੱਲੇ, ਜੇ ਪੱਕਾ ਬਣ ਗਿਆ ਤਾਂ ਜੇ ਪਾਣੀ ਇਹ ਵੀ ਨਹੀਂ ਸੁੱਕਣਾ ਗਾ ਜਿਹੜਾ ਹੁਣ ਆਉਂਦਾ ਬਾਹਰਾਂ ਤੋਂ, ਉਹ ਗੰਦ ਉਹ ਵੇਖ ਲਓ ਤੁਹਾਨੂੰ ਦਿਸੀ ਜਾਂਦਾ, ਉਹ ਵੇਖ ਲਓ ਸਭ ਦੇ ਪਾਸੇ, ਅੱਧੇ ਪਿੰਡ ਤੱਕ ਮੁਸ਼ਕ ਜਾਂਦਾ ਇਹਦਾ। ਇਹ 30-35 ਲੱਖ ਰੁਪਇਆ ਲਾ ਕੇ ਇਹਦਾ ਮਤਲਬ ਇਹ ਵੀ ਨਹੀਂ ਫਾਇਦਾ ਹੋਇਆ। ਅੱਛਾ, ਇਹਦੇ 35 ਲੱਖ ਲੱਗਿਆ? ਦੱਸਦੇ ਆ ਜੀ, ਹਾਂ ਜੀ, ਪੰਚਾਇਤ ਦੱਸਦੇ ਵੀ 30 ਲੱਖ ਰੁਪਇਆ ਲੱਗ ਗਿਆ, ਪਰ ਪਤਾ ਕੁਛ ਨਹੀਂ ਸੀ ਵੀ ਕੀ ਬਣਨਾ ਕੀ ਬਣਾਉਣਾ, ਇਹ ਕਿਸੇ ਨੂੰ ਦੱਸਿਆ ਵੀ ਨਹੀਂ ਗਾ। ਉਹ ਇੱਥੇ ਪੰਚਾਇਤ ਮੈਂਬਰ ਵੀ ਖੜੇ ਹੋਣੇ, ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਵੀ ਇਹ ਬਣਿਆ ਕੀ ਹੈ।
ਅੱਗੇ ਵਧੀਆ ਛੱਪੜ ਸੀਗਾ, ਪਾਣੀ ਨਿਕਲ ਜਾਂਦਾ ਸੀਗਾ। ਹੁਣ ਇਹਦੇ ਚੋਂ ਪਾਣੀ ਨਿਕਲਣ ਦੀ ਝਾਕ ਵੀ ਹੈ ਨਹੀਂ ਗੀ ਕੋਈ ਵੀ ਪਾਣੀ ਨਿਕਲ ਜੂਗਾ। ਮਤਲਬ 35 ਲੱਖ ਲਾ ਕੇ ਨਿਕਾਸੀ ਵੀ ਖਤਮ, ਨਿਕਾਸੀ ਵੀ ਖਤਮ ਹੋ ਗਈ। ਜਿਹੜੇ ਨਾਲਿਆਂ ਚੋਂ ਪਾਣੀ ਆਉਂਦਾ ਸੀਗਾ ਉਹ ਵੀ ਮੂਹਰੋਂ ਬੰਨ ਮਾਰ ਕੇ ਕੰਧਾਂ ਕੱਢ ਕੇ ਬੰਦ ਕਰਤੇ ਵੀ ਪਾਈਪਾਂ ਵਿੱਚ ਦੀ ਪਾਣੀ ਜਾਊਗਾ। ਹੁਣ 8-8 ਇੰਚ 9-9 ਇੰਚ ਪਾਈਪਾਂ ਅਤੇ ਉਹ ਜਦੋਂ ਲਿਫਾਫਾ ਫਸ ਜਾਂਦਾ ਵਿੱਚ ਤਾਂ ਉਹ ਸਾਰੇ ਬੰਦ ਆ, ਨਾਲੇ ਭਰੇ ਪਏ ਆ ਪਾਣੀ ਨਾਲ। ਆਹ ਹਾਲਾਤ ਹੋਏ ਪਏ ਛੱਪੜ ਦੇ। ਬਈ ਜਦੋਂ ਤੁਸੀਂ ਨੌਜਵਾਨ ਹੋ, ਤੁਸੀਂ ਜਦੋਂ ਕੋਈ ਇਹਦੀ ਮਾਡਰਨਾਈਜੇਸ਼ਨ ਕੀਤੀ ਗਈ ਛੱਪੜ ਦੀ, ਉਦੋਂ ਤੁਸੀਂ ਪੁੱਛਿਆ ਸੀਗਾ ਵੀ ਬਈ ਕੀ ਬਣਾ ਰਹੇ? ਨਹੀਂ, ਪਿੰਡ ਦੇ ਮੋਹਤਵਾਰ ਬੰਦੇ ਨੇ ਪੁੱਛਿਆ ਸੀਗਾ, ਜਿਵੇਂ ਕਿ ਬਾਈ ਜੀ ਸਾਬਕਾ ਸਰਪੰਚ ਆ, ਉਹ ਜਿੰਨੇ ਬੰਦੇ ਪਿੰਡ ਦੇ ਸਿਆਣੇ ਸੀ ਮੋਹਤਵਾਰ, ਉਹਨਾਂ ਨੇ ਪੁੱਛਿਆ। ਪਰ ਤੁਹਾਨੂੰ ਪਤਾ ਆਪਣੇ ਸਿਸਟਮ ਹੀ ਇੰਨਾ ਮਾੜਾ ਕਿ 4 ਬੰਦੇ ਖੁਦ ਹੀ ਕਰੀ ਜਾਂਦੇ ਰਹਿੰਦੇ। ਇਹਦਾ ਸ਼ਰੇਆਮ ਇਹਦੀ ਜ਼ਿੰਮੇਵਾਰ ਪੰਚਾਇਤ ਹੈ ਮੌਜੂਦਾ, ਅਤੇ ਦੂਜਾ ਇਹਦਾ ਦੋਸ਼ੀ ਹੈਗਾ ਕਿ ਜਿਹਨੇ ਬਣਾਇਆ ਇਹ, ਜਿਹੜਾ ਕੰਟਰੈਕਟਰ ਹੈ ਇਹਦਾ। 2 ਬੰਦੇ ਮੁੱਖ ਦੋਸ਼ੀ ਹੈ, ਅਤੇ ਨੁਕਸਾਨ ਕਿਹਦਾ ਹੋਇਆ? ਪਿੰਡ ਦਾ ਹੋਇਆ ਜੀ ਇਹ। ਹੁਣ ਇੱਥੇ ਬੰਦੇ ਇੰਨੇ ਖੜ੍ਹੇ ਆ, ਉਹ ਆ ਘਰ ਘਰ ਮੁਸ਼ਕ ਜਾਂਦਾ ਇਹ, ਕਿਸੇ ਇੱਕ ਬੰਦੇ ਦਾ ਪਰਸਨਲ ਤਾਂ ਕੋਈ ਉਹ ਨਹੀਂ ਗਾ। ਇਹਦੇ 'ਚ ਹੁਣ ਸਾਰੇ ਪਿੰਡ ਨੂੰ ਦੁੱਖ ਹੈ। ਇੱਕ ਇਹ ਕਾਰਨ ਹੈ ਕਿ ਇਕੱਲਾ ਇਸ ਪਾਸੇ ਦਾ ਨਹੀਂ ਗਾ, ਇਹ ਜਿਹੜਾ ਨਿਕਾਸੀ ਵਾਲਾ ਸਿਸਟਮ ਹੈ ਨਾ, ਇਹ ਸਾਡੇ ਸਾਰੇ ਪਿੰਡ ਦਾ, ਸਾਰੇ ਪਿੰਡ ਦਾ ਪਾਣੀ ਇੱਥੇ ਆਉਣਾ। ਪਹਿਲਾਂ ਇੱਧਰ ਡਰੇਨੇਜ ਸਿਸਟਮ ਪਾਇਆ ਹੋਇਆ ਸੀ ਪੁਰਾਣੀ ਪੰਚਾਇਤ ਨੇ, ਉਹ ਵੀ ਇਹਨਾਂ ਨੇ ਠੱਪ ਕਰਤਾ ਕਿ ਚਲੋ ਪਾਣੀ ਦੀ ਨਿਕਾਸੀ ਤਾਂ ਹੁੰਦੀ ਸੀ, ਛੱਪੜ ਸੀ, ਜੇ ਪਾਣੀ ਆ ਜਾਂਦਾ ਸੀ ਤਾਂ ਉਹਨੂੰ ਕੱਢ ਲੈਂਦੇ ਸੀਗੇ, ਇੱਕ ਸਿਸਟਮ ਤਾਂ ਸੀਗਾ ਨਾ, ਐਂ ਤਾਂ ਨਹੀਂ ਸੀ ਪਿੰਡ ਡੁੱਬ ਜੂ। ਅੱਜ ਦੀ ਘੜੀ 'ਤੇ ਜੇ ਸਾਡੇ ਮੀਂਹ ਆਉਂਦਾ, ਚੰਗਾ ਮੀਂਹ ਆਉਂਦਾ, ਤਾਂ ਇਹ ਪਿੰਡ ਡੁੱਬਣ ਦਾ ਪੂਰਾ ਖਤਰਾ। ਤੁਸੀਂ ਵੇਖ ਲਿਓ, ਇੱਥੇ ਦੁਬਾਰਾ ਵੀ ਸ਼ੂਟ ਕਰ ਲਿਓ ਉਦੋਂ ਬਾਅਦ ਵੀ, ਜਾਂ ਨਾ ਸਾਰਾ ਏਰੀਆ ਭਰਿਆ ਮਿਲੇ ਤੁਹਾਨੂੰ, ਤੁਸੀਂ ਆਪ ਖੁਦ ਵੇਖ ਲਓ ਕਿੰਨਾ ਕੁ ਪਾਣੀ ਹੈ ਪਿੰਡ ਦਾ ਰੋਕ ਲੂਗਾ। ਸਾਰਾ ਹੀ ਸੀਵਰੇਜ ਸਿਸਟਮ ਦਾ ਵੀ ਪਾਣੀ ਇੱਥੇ ਆਉਣਾ, ਮੀਂਹ ਵਾਲਾ ਪਾਣੀ ਵੀ ਇੱਥੇ ਆਉਣਾ ਜੀ, ਹਰ ਚੀਜ਼ ਹੀ ਇੱਥੇ ਆਉਣੀ ਹੈ, ਕਿਉਂਕਿ ਇਹ ਨਿਮਾਣ ਹੈ ਪਿੰਡ ਦੀ ਸਭ ਤੋਂ ਜ਼ਿਆਦਾ। ਤਾਂ ਸਾਡੀ ਤਾਂ ਇਹੀ ਮੰਗ ਹੈ ਕਿ ਇਹ ਪੰਚਾਇਤ ਇਹਦਾ ਸੁਧਾਰ ਕਰੇ, ਇਹਨੂੰ ਵੇਖੇ, ਜਿਹੜਾ ਇਹਦਾ ਕੰਟਰੈਕਟਰ ਆ ਉਹਨੂੰ ਬੁਲਾਵੇ। ਉਹ ਹੈ ਨਹੀਂ, ਅਸੀਂ ਇੱਦੂ ਬਾਅਦ ਉਹ ਕਰਨਾ ਕਿ DC ਸਾਹਿਬ ਨੂੰ ਵੀ ਕੰਪਲੇਂਟ ਦੇਵਾਂਗੇ, CM ਸਾਹਿਬ ਨੂੰ ਵੀ ਦੇਵਾਂਗੇ ਇਹਦੀ ਕਿ ਇਹ ਚੀਜ਼ ਬਣਾਈ ਕੀ ਹੈ, ਸਾਨੂੰ ਪਤਾ ਤਾਂ ਲੱਗੇ ਕਿ ਹੈ ਕੀ ਚੀਜ਼ ਇਹ। ਜਿਹੜੇ ਹਿਸਾਬ ਨਾਲ ਕਿਹਾ ਜਾ ਰਿਹਾ ਵੀ 30-35 ਲੱਖ ਦਾ ਖਰਚਾ, ਇੱਥੇ ਤਾਂ ਸਿਰਫ ਇੱਕ ਪਾਮ ਦੇ ਬੂਟੇ ਹੀ ਲੱਗੇ ਨਜ਼ਰ ਆ ਰਹੇ, ਹੋਰ ਤਾਂ ਮੈਨੂੰ ਕੋਈ ਇਹਦੀ 30-35 ਲੱਖ ਵਾਲੀ ਨਾ ਤਾਂ ਕੋਈ ਖਾਸ ਇਹਦੇ 'ਚ ਕੁਛ ਨਜ਼ਰ ਆ ਰਿਹਾ। ਉਹੀ ਚੀਜ਼ ਹੈ ਨਾ, ਹੁਣ ਅਸੀਂ ਵਾਰ ਵਾਰ ਕਿਉਂ ਕਹਿ ਰਹੇ ਹਾਂ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਬਣਿਆ ਕੀ ਹੈ। ਕਹਿਣ ਨੂੰ ਤਾਂ ਉਹਨਾਂ ਨੇ ਕਿਹਾ ਹੋਊਗਾ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਂ ਉੱਦਾਂ ਬਣਾਇਆ, ਕਿਉਂਕਿ ਮੈਂ ਤਾਂ ਜਿੰਨੇ ਕੁ ਵੇਖਿਆ ਕਿ ਉਹ ਬਹੁਤ ਮਤਲਬ ਕਿ ਇੱਕ ਸਿਸਟਮੈਟਿਕ ਤਰੀਕੇ ਨਾਲ ਬਣਦੇ ਆ ਨਾ, ਕਿ ਉਹ ਪੱਕੇ ਹੁੰਦੇ ਆ, ਬਹੁਤ ਵਧੀਆ ਤਰੀਕੇ ਨਾਲ ਬਣਦੇ ਆ, ਅਤੇ ਉਹਦਾ ਮੰਨ ਲਓ ਨਿਕਾਸੀ ਵਾਲਾ ਵੀ ਇੱਕ ਪ੍ਰੋਪਰ ਸਿਸਟਮ ਹੁੰਦਾ, ਕੋਈ ਐਂ ਤਾਂ ਹੁੰਦਾ ਨਹੀਂ ਗਾ ਜਿਵੇਂ ਇਹ ਬਣਾਇਆ ਪਿਆ। ਤਾਂ ਸਾਨੂੰ ਇਹ ਸਮਝ ਹੀ ਨਹੀਂ ਆ ਰਿਹਾ ਹੈ ਕੀ ਚੀਜ਼, ਕਿ ਜੇ 30-35 ਲੱਖ ਰੁਪਈਆ ਲੱਗਿਆ ਇੱਕ ਹੁਣ 3 ਟੋਏ ਪੱਟਣ 'ਤੇ ਜਾਂ 10 ਦਰਖਤ ਲਾਉਣ 'ਤੇ ਤਾਂ ਲੱਗਿਆ ਹੀ ਨਹੀਂ ਗਈ। ਇਹਦਾ ਪੰਚਾਇਤ ਇਸ ਚੀਜ਼ ਦੀ ਜ਼ਿੰਮੇਵਾਰ ਹੈ, ਜਵਾਬਦੇਹੀ ਹੈ ਕਿ ਇਹ ਹੈ ਕੀ ਚੀਜ਼ ਆ, ਅਤੇ ਇਹਦੇ 'ਤੇ ਖਰਚਾ ਇੱਥੇ ਕਿੰਨਾ ਆਇਆ। ਅਤੇ ਅਸੀਂ ਤਾਂ ਆਹਨੇ ਹਾਂ ਕਿ ਗੌਰਮੈਂਟ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ। ਇਹ ਕੋਈ ਇਕੱਲੇ ਸਾਡੇ ਪਿੰਡ ਦੀ ਤਾਂ ਗੱਲ ਨਹੀਂ, ਕੀ ਪਤਾ ਇਹੋ ਜਿਹੇ ਪ੍ਰੋਜੈਕਟ ਕਿੰਨੇ ਕੁ ਪਿੰਡਾਂ 'ਚ ਹੋਏ ਹੋਣਗੇ। ਜੇ ਸਾਡੀ ਪੰਚਾਇਤ ਨੇ ਇਹ ਕੀਤਾ ਤਾਂ ਹੋ ਸਕਦਾ ਹੋਰ ਪਿੰਡਾਂ 'ਚ ਵੀ ਹੋਣ ਇਹੋ ਜਿਹੇ। ਅਤੇ ਇਹ ਬਈ ਜਿਵੇਂ ਦੱਸਦੇ ਸੀਗੇ ਪਹਿਲਾਂ ਵੀ ਬਾਈ ਜੀ ਨੇ ਦੱਸਿਆ ਵੀ ਇੱਥੇ ਇਸ ਛੱਪੜ ਕਰਕੇ ਬਹੁਤ ਸਾਰੇ ਬੱਚੇ ਆਸ ਪਾਸ ਦੇ ਬਿਮਾਰ ਹੈ। ਹਾਂਜੀ, ਇਹ ਜਿਵੇਂ ਛੋਟੇ ਬੱਚੇ ਹੈ ਨਾ ਜੀ, ਛੋਟੇ ਬੱਚੇ ਬਹੁਤ ਜ਼ਿਆਦਾ ਉਹ ਹੈ। ਅਤੇ ਇੱਕ ਹੋਰ ਸਾਡੇ ਪਿੰਡ ਦਾ ਇੱਕ ਮੇਜਰ ਕਾਰਨ ਹੋਇਆ ਪਿਆ, ਤੁਸੀਂ ਦੇਖ ਵੀ ਸਕਦੇ ਹਾਂ, ਸ਼ੂਟ ਵੀ ਕਰ ਸਕਦੇ ਹਾਂ, ਸਾਡੇ ਨਾ ਥਾਂ ਥਾਂ 'ਤੇ ਜਗ੍ਹਾ ਪੱਟੀ ਪਏ ਵਾਟਰ ਵਰਕਸ ਦੀ, ਜਿਹੜੀ ਪਾਈਪ ਲਾਈਨ ਹੈ ਪਾਣੀ ਆਉਂਦਾ। ਉਹ ਚਲੋ ਆਪਾਂ ਉਹ ਨਹੀਂ ਕਹਿੰਦੇ, ਟਾਈਮ ਪੈ ਕੇ ਵੀ ਹੋ ਸਕਦਾ ਕਿ ਉਹਦੇ 'ਚ ਮੰਨ ਲਓ ਕਿ ਗੰਦਾ ਪਾਣੀ ਰਲ ਰਿਹਾ ਜਾਂ ਉਹ ਹੈ, ਉਹਦੇ ਕਾਰਨ ਸਾਡੇ ਘੱਟੋ ਘੱਟ ਮੰਨ ਲਓ 10-12 ਪੇਸ਼ੈਂਟ ਆਏ। DMC ਤੱਕ ਮੁੰਡਾ ਦਾਖਲ ਰਹਿ ਕੇ ਆਇਆ ਸਾਡੇ ਪਿੰਡ ਦਾ, ਹੁਣ ਆਇਆ ਅਤੇ ਉਹਦਾ ਹਾਂ ਲੀਵਰ ਦੀਆਂ ਸਮੱਸਿਆ ਬਹੁਤ ਜ਼ਿਆਦਾ। ਅਤੇ ਉਹ ਜਦੋਂ ਬਾਅਦ 'ਚ ਪਤਾ ਲੱਗਿਆ ਤਾਂ ਉਹਦਾ ਵੀ ਕਾਰਨ ਕੀ ਨਿਕਲਿਆ ਕਿ ਉਹ ਵੀ ਪਿੰਡ ਦੇ ਜ਼ਿੰਮੇਵਾਰ ਹੈ, ਪੰਚਾਇਤ ਦੀ ਜ਼ਿੰਮੇਵਾਰ ਹੈ ਕਿ ਉਹ ਪਾਣੀ ਘਰ ਘਰ ਬਹੁਤ ਗੰਦਾ ਜਾ ਰਿਹਾ ਸੀਗਾ ਅਤੇ ਉਹਦੇ ਵਿੱਚ ਮਿਲ ਰਿਹਾ ਸੀਗਾ ਅਤੇ ਉਹ ਹਰੇਕ ਘਰ ਨੂੰ ਜਾਂਦਾ ਸੀਗਾ।
ਚਲੋ ਹਜੇ ਕਿਸੇ ਬਹੁਤੇ ਘਰਾਂ 'ਚ ਤਾਂ ਫਿਲਟਰ ਵੀ ਹੈ ਨਹੀਂ, ਪਾਣੀ ਇਹੀ ਵਰਤਦੇ ਆ, ਅਤੇ ਗਰੀਬ ਬੰਦੇ ਨੂੰ ਤਾਂ ਜਿਵੇਂ ਮਾਰਨ ਵਾਲੀ ਗੱਲ ਹੀ ਹੈ, ਜਿਹੜਾ ਬੰਦਾ ਪਾਣੀ ਟੂਟੀ ਦਾ ਵਰਤਦਾ ਅਤੇ ਉਹ ਆ। ਤਾਂ ਇਹ ਚੀਜ਼ ਹੈ ਕਿ ਇਹ ਬਹੁਤ, ਮੰਨ ਲਓ ਕਿ ਪੰਚਾਇਤ ਦੇ 2-3 ਸਿਸਟਮ ਇੰਨੇ ਜ਼ਿਆਦਾ ਫੇਲ ਹੋਏ ਆ, ਉਹ ਗੌਰਮੈਂਟ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਲੋਕ ਪਰੇਸ਼ਾਨ ਹੁੰਦੇ ਆ, ਪੈਸਾ ਵੀ ਲੱਗਿਆ, ਲੋਕਾਂ ਦਾ ਹੀ ਪੈਸਾ ਲੱਗਿਆ। ਇਹ ਸਰਕਾਰ ਨੇ, ਸਰਕਾਰ ਦਾ ਕੰਮ ਹੁੰਦਾ ਵੀ ਸਰਕਾਰ ਪੈਸਾ ਦੇ ਸਕਦੀ ਹੈ, ਅਤੇ ਇਹ ਪ੍ਰੋਪਰ ਸਹੀ ਤਰੀਕੇ ਨਾਲ ਲੋਕਲ ਲੈਵਲ 'ਤੇ ਕਰਾਉਣਾ ਹੁੰਦਾ। ਉਹ ਤਾਂ ਫਿਰ ਆਪਣੀ ਇਮਾਨਦਾਰੀ ਹੈ ਨਾ, ਜਿਹੜਾ ਇਹ ਬੰਦੇ ਆਪਾਂ ਚੁਣੇ ਹਾਂ, ਆਪਾਂ ਵਾਰ ਵਾਰ ਕਿਉਂ ਕਹਿ ਰਹੇ ਹਾਂ, ਆਪਾਂ ਗੌਰਮੈਂਟ ਨੂੰ ਕਾਹਤੋਂ ਨਹੀਂ ਦੋਸ਼ ਦੇ ਰਹੇ, ਆਪਾਂ ਇਹੀ ਗੱਲ ਕਹਿ ਰਹੇ ਕਿ ਜ਼ਿੰਮੇਵਾਰ ਪੰਚਾਇਤ ਹੈ, ਗੌਰਮੈਂਟ ਨੇ ਆਪਾਂ ਨੂੰ ਪੈਸਾ ਦੇ ਤਾ, ਉਹ ਤਾਂ ਸਾਡੇ ਪਿੰਡ ਦੇ ਬੰਦਿਆਂ ਨੇ ਦੇਖਣਾ ਮੋਤਵਾਰਾਂ ਨੇ ਕਿ ਉਹਨੂੰ ਕਿਵੇਂ ਲਾਉਣਾ, ਉਹਦੇ 'ਚ ਸਰਪੰਚ ਮੌਜੂਦ ਹੈ, ਉਹਦੇ 'ਚ ਮੈਂਬਰ ਮੌਜੂਦ ਹੈ, ਜਿਹੜੇ ਬੰਦੇ ਚੁਣੇ ਆ, ਹਰੇਕ ਵਾਰਡ 'ਚੋਂ ਇੱਕ ਮੈਂਬਰ ਚੁਣਿਆ, ਉਹ ਜਵਾਬਦੇਹੀ ਹੈ ਇਸ ਗੱਲ ਦੀ ਕਿ ਭਾਈ ਇਹ ਕੀ ਸਿਸਟਮ ਹੋਇਆ, ਕਿਵੇਂ ਬਣਿਆ ਗਿਆ। ਹੁਣ ਆਪਾਂ ਜੇ ਆਮ ਬੰਦਾ ਤਾਂ ਆਪਦੇ ਜੀਵਨ 'ਚ ਹੀ ਤੁਹਾਨੂੰ ਪਤਾ ਰੁੱਝਿਆ ਹੋਇਆ, ਆਮ ਬੰਦਾ ਤਾਂ ਪੁੱਛਦਾ ਵੀ ਨਹੀਂ ਗਾ ਕੀ ਹੈ। ਹੁਣ ਜੇ ਪਰੇਸ਼ਾਨੀ ਆਈ ਹੈ ਤਾਂ ਲੋਕ ਇਕੱਠੇ ਹੋਏ ਆ, ਅਤੇ ਨਹੀਂ ਪਹਿਲਾਂ ਤਾਂ ਲੋਕ ਪੁੱਛਦੇ ਵੀ ਨਹੀਂ ਸੀ, ਚੱਲ ਬਣ ਗਿਆ ਬਣ ਗਿਆ, ਤੁਹਾਨੂੰ ਵੀ ਪਤਾ ਕੀ ਸਿਸਟਮ ਚੱਲਦਾ। ਪਰ ਜਿਹੜੇ ਮੈਂਬਰ ਚੁਣੇ ਹੁੰਦੇ ਆ, ਆਪਾਂ ਚੁਣਦੇ ਹੀ ਇਸ ਚੀਜ਼ ਲਈ ਹਾਂ ਕਿ ਹਰੇਕ ਬੰਦਾ ਧਿਆਨ ਨਹੀਂ ਦੇ ਸਕਦਾ ਕਿ ਚੱਲ ਇੱਕ ਬੰਦਾ ਸਾਡਾ ਮੋਹਤਵਾਰ ਹੈ, ਭਾਈ ਇਹ ਪੁੱਛ ਦੱਸ ਕਰੂਗਾ ਜਲਦੀ। ਅਤੇ ਸਾਡੇ ਇੱਥੇ 2 ਵਾਰਡ ਜੁੜਦੇ ਆ ਕੇ, ਅਤੇ ਮੈਨੂੰ ਲੱਗਦਾ ਦੋਵੇਂ ਮੈਂਬਰਾਂ ਨੂੰ ਤੱਕ ਨੂੰ ਨਹੀਂ ਪਤਾ ਹੋਣਾ ਕੀ ਸਿਸਟਮ ਹੈ ਕੀ ਨਹੀਂ, ਮਤਲਬ ਕਿਸੇ ਤਰੀਕੇ ਨਾਲ ਨਹੀਂ ਬਣਿਆ ਇਹ। ਮਤਲਬ ਕੋਈ ਵੀ ਸਿਸਟਮੈਟਿਕ ਤਰੀਕਾ ਜਾਂ ਜਿਹੜਾ ਵੀ ਅਪਣਾਇਆ ਗਿਆ, ਜਿਹੜਾ ਟੈਂਡਰ 'ਚ ਲਿਖੀਆਂ ਗਈਆਂ ਹੋਣਗੀਆਂ ਸ਼ਰਤਾਂ, ਕੁਛ ਵੀ ਨਹੀਂ ਹੋ ਸ਼ਰਤਾਂ ਮੁਤਾਬਕ ਤਾਂ ਮੈਂ ਨਾ, ਜਿਹੜੀਆਂ ਟਰਮਸ ਐਂਡ ਕੰਡੀਸ਼ਨ ਇਹਦੇ ਜਿਹੜੇ ਹੋਣਗੀਆਂ, ਉਹ ਤਾਂ ਇੱਕ ਵੀ ਨਹੀਂ ਪਾਸ ਹੋਈ ਹੋਣੀ। ਤੁਸੀਂ ਖੁਦ ਦੇਖ ਲਓ, ਕੱਚੇ 3 ਟੋਏ ਹੈ, ਡਿੱਗ ਬਣੇ ਆ 2 ਇਹਦੇ 'ਚ, 2-3 ਅਤੇ ਬਸ ਸਿਰਫ ਆ 4 ਬੂਟੇ ਲਾਏ ਆ। ਹੁਣ ਆਪਾਂ ਨੂੰ ਮਤਲਬ ਪ੍ਰੋਪਰ ਤਾਂ ਪਤਾ ਨਹੀਂ ਗਾ ਕਿ ਇਹ ਹੋਇਆ ਕਿਵੇਂ ਆ, ਵੀ ਪ੍ਰੋਪਰ ਚੀਜ਼ ਕੀ ਹੈ, ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਟ੍ਰੀਟਮੈਂਟ ਪਲਾਂਟ ਹੈ, ਇਹ ਛੱਪੜ ਹੈ ਜਾਂ ਕੋਈ ਇਹ ਕੋਈ ਸੈਰ ਦਾ। ਹਾਂ, ਬਣਾਇਆ ਸਿਸਟਮ ਇਹਨਾਂ ਨੇ, ਸਾ ਉਹੀ ਅਸੀਂ ਵਾਰ ਵਾਰ ਪੁੱਛ ਰਹੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਕਿ ਸਿਸਟਮ ਬਣਿਆ ਕੀ ਹੈ ਜੀ। ਇਹ ਇਹੀ ਹੈ ਸਾਡੀ ਅਪੀਲ ਕਿ ਸਾਡੀ ਖੁਦ ਦੀ ਪੰਚਾਇਤ ਤਾਂ ਇਸ ਤਰ੍ਹਾਂ ਨਹੀਂ ਧਿਆਨ ਦੇਵੇ, ਆਪਾਂ ਹੋਰ ਚੀਜ਼ਾਂ ਨੂੰ ਜਾਂ ਪ੍ਰਸ਼ਾਸਨ ਨੂੰ ਤਾਂ ਬਾਅਦ 'ਚ ਦੋਸ਼ ਦੇਵਾਂਗੇ। ਪਹਿਲਾਂ ਤਾਂ ਆਪਾਂ ਆਪ ਹੀ ਜ਼ਿੰਮੇਵਾਰ ਹਾਂ, ਜਦੋਂ ਆਪਾਂ ਪਿੰਡ ਦੇ ਲੋਕ ਹਾਂ, ਆਪਾਂ ਨੂੰ ਆਪ ਨੂੰ ਹੀ ਸੁਧਾਰਨਾ ਚਾਹੀਦਾ, ਦੇਖਣਾ ਚਾਹੀਦਾ। ਤਾਂ ਸਾਡੀ ਇਹੀ ਅਪੀਲ ਹੈ ਕਿ ਸਾਡੇ ਪਿੰਡ ਦੀ ਪੰਚਾਇਤ ਦੇਖੇ ਅਤੇ ਇਹਦਾ ਇੱਕ ਸਿਸਟਮ ਬਣਾਵੇ ਕੋਈ ਨਿਕਾਸੀ ਦਾ, ਅਤੇ ਨਹੀਂ ਐਂ ਬਹੁਤ ਜ਼ਿਆਦਾ ਪਰੇਸ਼ਾਨੀ ਹੋਊਗੀ ਅਤੇ ਬਹੁਤ ਬੰਦੇ ਬਿਮਾਰ ਹੋਣਗੇ ਅਤੇ ਬਹੁਤ ਔਖਾ ਹੈ ਇਹ ਪਿੰਡ ਲਈ। ਬਈ ਪਿੰਡ ਦੀਆਂ ਸਿਹਤ ਸਹੂਲਤਾਂ ਤਾਂ ਆਪਾਂ ਕਹਿ ਪਤਾ ਹੀ ਹੈ ਵੀ ਕਿਹੋ ਜਿਹੀਆਂ, ਵੈਸੇ ਆਪਣੇ ਪੂਰੇ ਹਲਕੇ ਦੀਆਂ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ, ਜੇਕਰ ਐਸੀਆਂ ਸਮੱਸਿਆਵਾਂ ਪਿੰਡ ਪਿੰਡ ਹੋ ਜਾਣਗੀਆਂ ਤਾਂ ਫਿਰ ਤਾਂ ਬਹੁਤ ਗੜਬੜ ਹੋ ਜੂਗੀ। ਬਹੁਤ ਮਾੜਾ ਹਾਲ ਹੈ ਜੀ ਸਾਡੇ। ਹੁਣ ਇਹ ਪਤਾ ਨਹੀਂ ਕਿਹੜਾ ਪਲਾਟ ਲਾਇਆ ਇਹਨਾਂ ਨੇ, ਕਿਹੜਾ ਨਹੀਂ, 3-4 ਏਕੜ ਦੇ ਵਿੱਚ ਇਹ ਦੱਸਦੇ ਵੀ ਇਹ ਹੈਗਾ ਸਾਡਾ, ਅਤੇ ਬੁਰਾ ਹਾਲ ਹੈ ਜੀ, ਬੱਚੇ ਬਿਮਾਰ ਹੋਈ ਜਾਂਦੇ ਆ। ਹੁਣ ਜਿਹਦੇ ਫਿਲਟਰ ਹੈ, ਬਾਈ ਨੇ ਗੱਲ ਕੀਤੀ ਫਿਲਟਰ ਵਾਲਾ ਪਾਣੀ ਪੀਂਦਾ, ਉਹ ਤਾਂ ਮਾੜਾ ਮੋਟਾ ਸੈੱਟ ਠੀਕ ਰਹੂਗਾ। ਅਤੇ ਅੱਗੇ ਨਿਕਾਸੀ ਸੀਗੀ, ਪੰਚਾਇਤ ਨੇ ਨਿਕਾਸੀ ਵਧੀਆ ਡਰੇਨ 'ਚ ਪਾਣੀ ਪੈਂਦਾ ਕੀਤਾ ਸੀ, ਉਹ ਇਹਦੇ ਕਾਰਨਾਂ ਕਰਕੇ ਇਹ ਵੀ ਬੰਦ ਹੋ ਗਿਆ। ਹੁਣ ਪੰਚਾਇਤ ਕਹਿੰਦੀ ਉਹ 30-35 ਲੱਖ ਰੁਪਈਆ ਲੱਗਿਆ, ਦੱਸੇ ਤਾਂ ਸੀ ਕਾਹਦੇ 'ਤੇ ਲੱਗਿਆ ਜੀ, ਬੁਰਾ ਹਾਲ ਇਹਦਾ, ਮਾੜਾ ਪਾਣੀ ਜਿੱਥੋਂ ਜਦੋਂ ਹਵਾ ਚੱਲਦੀ ਜਿਹੜੇ ਪਾਸੇ ਨੂੰ ਅੱਧਾ ਅੱਧੇ ਪਿੰਡ ਤੱਕ ਮਾਰ ਕਰਦਾ, ਸਾਰੇ ਪਿੰਡ ਦਾ ਪਾਣੀ ਸਾਡਾ ਇਹਦੇ ਵਿੱਚ ਆਉਂਦਾ ਹੈ। ਅੱਗੇ ਨਿਕਾਸੀ ਸੀਗੀ ਪਾਣੀ ਇਹਨੂੰ ਸੁਕਾ ਦਿੰਦੇ ਛੱਪੜ ਨੂੰ, ਹੁਣ ਤਾਂ ਉਹ ਵੀ ਬੰਦ ਹੋ ਗਿਆ ਸਾਰਾ ਸਿਸਟਮ। ਇਹਦੇ ਕਰਕੇ ਬਹੁਤ ਮਾੜਾ ਹਾਲ ਹੈ ਪਾਣੀ ਦਾ, ਸਿਹਤ ਸਹੂਲਤਾਂ। ਹੁਣ ਸਿਹਤ ਸਹੂਲਤਾਂ ਇੰਨੇ ਬੱਚੇ ਛੋਟੇ ਛੋਟੇ ਬਿਮਾਰ ਹੋਈ ਜਾਂਦੇ ਆ, ਅਤੇ ਇਹ ਇਹ ਚੀਜ਼ਾਂ ਬਣਾਉਣ ਦਾ ਫਾਇਦਾ ਤਾਂ ਫਿਰ ਕੋਈ ਨਹੀਂ ਨਾ। ਇਹ ਤਾਂ ਹੁਣ ਪੰਚਾਇਤ ਨੂੰ ਦੱਸਣਾ ਚਾਹੀਦਾ ਵੀ ਇਹ ਕਿਉਂ ਬਣਾ। ਪਹਿਲਾਂ ਵਧੀਆ ਸੀਗਾ ਸਾਡੇ ਛੱਪੜ ਜਦੋਂ ਸੀਗਾ, ਅਤੇ ਇਹ ਤਾਂ ਪਹਿਲਾਂ ਸਮਾਂ ਪੁਰਾਣੇ ਛੱਪੜ ਹੁੰਦੇ ਸੀ, ਉਹਨਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਕੋਈ ਦਿੱਕਤ ਹੀ ਨਹੀਂ ਹੁੰਦੀ ਸੀ।
ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਨਾ ਵੀ ਇਹਦੀ ਸੂਏ ਦੀ ਵਾਰੀ ਵੀ ਬੰਦੀ ਸੀਗੀ, ਅੱਗੇ ਪਾਣੀ ਪੈਂਦਾ ਸੀਗਾ ਸਾਹ ਮਾੜਾ ਪਾਣੀ ਕੱਢ ਕੇ ਗੰਦਾ ਪਾਣੀ ਕੱਢ ਕੇ ਅਸੀਂ ਡਰੇਨ 'ਚ ਸੁੱਟ ਦਿੰਦੇ, ਮੋਟਰ ਲੱਗੀ ਹੋਈ ਸੀ ਅਤੇ ਇਹ ਤਾਂ ਇਹਨਾਂ ਨੇ ਉਹ ਵੀ ਬੰਦ ਕਰਤੀ, ਉਹ ਬੰਦ ਕਰਕੇ ਆ ਪਤਾ ਨਹੀਂ ਕੀ ਪਲਾਟ ਬਣਾਏ ਇਹਨਾਂ ਦੀ, ਸਮਝ ਨਹੀਂ ਆਉਂਦੀ ਕੀ ਪੁੱਛਦੇ ਆ ਕਹਿੰਦੇ ਆ ਉੱਪਰੋਂ ਸਰਕਾਰ ਤੋਂ, ਸਰਕਾਰ ਨੇ ਤਾਂ ਦੇ ਤਾ ਆਪਾਂ ਨੂੰ ਬਣਾਉਣਾ ਤਾਂ ਆਪਾਂ ਨਾ ਪੰਚਾਇਤ ਨੇ ਬਣਾਉਣਾ ਨਾ, ਹੁਣ ਇਹ ਤਾਂ ਇੱਦਾਂ ਬਿਮਾਰੀਆਂ ਨੂੰ ਸੱਦਾ ਹੀ, ਸਾਡੇ ਜਿਹੜਾ ਟੂਟੀਆਂ ਵਾਲਾ ਪਾਣੀ ਆਉਂਦਾ ਉਹਦੇ ਵਿੱਚ ਵੀ ਮਾੜਾ ਪਾਣੀ ਰਲ ਕੇ ਅਤੇ ਘਰ ਘਰ ਮੁੰਡੇ ਬਿਮਾਰ ਹਨ, ਗੱਭਰੂ ਨੌਜਵਾਨ ਮੁੰਡਾ ਉਹਦਾ ਇੰਨਾ ਪੈਸਾ ਲੱਗਾ ਲੁਧਿਆਣੇ ਡੀ ਐੱਮ ਸੀ ਤੋਂ, ਕੱਲ੍ਹ ਮੈਂ ਤਾਂ ਪਤਾ ਲੈ ਕੇ ਆਇਆ ਅਤੇ ਇੰਨਾ ਲੀਵਰ ਕਰਕੇ ਇੰਨਾ ਬੁਰਾ ਹਾਲ ਹੋਇਆ ਪਿਆ ਬਹੁਤ ਜ਼ਿਆਦਾ। ਇਹਦੀ ਅਸੀਂ ਬੇਨਤੀ ਕਰਦੇ ਸਰਕਾਰ ਨੂੰ ਵੀ ਇਹਦਾ ਇਹ ਧਿਆਨ ਦੇਣ, ਡੀ ਸਾਹਿਬ ਨੂੰ ਮਿਲਾਂਗੇ ਪਿੰਡ ਦੇ ਤੌਰ 'ਤੇ, ਪੰਚਾਇਤ ਨੂੰ ਉਹ ਤਾਂ ਉਹਨਾਂ ਨੇ ਬਣਾਇਆ ਨਾ, ਉਹਨਾਂ ਉਹਨਾਂ ਨੂੰ ਜ਼ਰੂਰੀ ਹੈ ਧਿਆਨ ਦੇਣਾ ਵੀ ਇਹਦਾ ਇਹਦਾ ਹੱਲ ਕੱਢਿਆ ਜਾਵੇ ਕੋਈ ਨਾ ਕੋਈ, ਨਹੀਂ ਤਾਂ ਬਹੁਤ ਪਿੰਡ ਵਾਸਤੇ ਬਹੁਤ ਮਾੜਾ ਹੈ। ਹਾਂਜੀ ਬਿਲਕੁਲ, ਭਾਵੇਂ ਜੇਕਰ ਆਪਾਂ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਜੇਕਰ ਛੋਟੇ ਛੋਟੇ ਪਿੰਡਾਂ ਦੇ ਵਿੱਚ ਐਸੀਆਂ ਸਮੱਸਿਆਵਾਂ, ਲੀਵਰ ਦੀਆਂ ਸਮੱਸਿਆਵਾਂ ਐਡੀਆਂ ਐਡੀਆਂ ਗੰਭੀਰ ਹੋ ਜਾਣਗੀਆਂ ਕਿ ਲੋਕਾਂ ਨੂੰ ਡੀ ਐੱਮ ਸੀ ਤੱਕ ਜਾਣਾ ਪਊਗਾ, ਤਾਂ ਜ਼ਰੂਰ ਪ੍ਰਸ਼ਾਸਨ ਨੂੰ, ਜ਼ਰੂਰ ਇੱਥੋਂ ਦੇ ਪ੍ਰਬੰਧਕਾਂ ਨੂੰ ਇਹ ਸੋਚਣਾ ਚਾਹੀਦਾ। ਤੁਸੀਂ ਜੁੜੇ ਰਹੋ ਡੇਲੀ ਡੈਸਕ ਟੀ ਵੀ ਦੇ ਨਾਲ, ਬਹੁਤ ਬਹੁਤ ਧੰਨਵਾਦ।